ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨ ਭਰਿਆ ਰੇ। ਲੋਗ ਜਾਣੈ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਜਿਉਂ ਕਾਸ਼ੀ ਉਪਦੇਸ਼ ਹੈ, ਮਾਨਸ ਮਰਤੀ ਵਾ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜੁਗੋ ਜੁਗ ਅਟਲ ਚਵਰ ਚਤਰ ਤਖਤ ਦੇ ਮਾਲਕ, ਸ਼ਬਦ ਅਵਤਾਰ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਗੁਰਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਜੋ ਕਿ ਪਿਛਲੇ 50 ਸਾਲਾਂ ਤੋਂ ਨਿਰੰਤਰ ਘਰ ਘਰ ਜਾ ਕੇ ਜਾਂ ਫਿਰ ਕੁਝ ਸਮੇਂ ਬਾਅਦ ਕਿਸੇ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਕੇ ਇੱਕੋ ਹੀ ਟੀਚਾ ਜੋ ਸਾਹਮਣੇ ਰੱਖਿਆ ਹੈ, ਆਪ ਜਪੋ ਅਵਰਾ ਨਾਮ ਜਪਾਵੋ, ਸੋਸਾਇਟੀ ਨੂੰ 50 ਸਾਲ ਪੂਰੇ ਹੋ ਗਏ। ਵੈਸੇ ਤਾਂ ਇਹ ਜੋ ਸਮਾਗਮ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ, ਇਹ ਹਰ ਸਾਲ ਸੁਸਾਇਟੀ ਬੜੇ ਚਾਅ ਨਾਲ ਮਨਾਉਂਦੀ ਹੈ। ਬੜੀ ਖੁਸ਼ੀ ਹੁੰਦੀ ਹੈ ਜਦੋਂ ਪ੍ਰੋਗਰਾਮ ਮਨਾਈਦਾ ਹੈ, ਪਰ ਇਸ ਵਾਰੀ ਇੱਕ ਖੁਸ਼ੀ ਨਹੀਂ, ਇਸ ਵਾਰੀ ਤਿੰਨ ਖੁਸ਼ੀਆਂ ਹਨ। ਇੱਕ ਤਾਂ 50 ਸਾਲ ਦੀ ਸੰਪੂਰਨਤਾ ਹੈ, ਗੋਲਡਨ ਜੁਬਲੀ ਸਮਾਗਮ ਹੈ। ਦੂਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਹੈ। ਤੀਸਰਾ, ਇਹ ਜੋ ਸਮਾਗਮ ਹੋ ਰਹੇ ਹਨ, ਇਹ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਸਾਲ, ਜੋ ਅਗਲੇ ਨਵੰਬਰ ਦੇ ਵੀ ਸਮਾਗਮ ਹੋ ਰਹੇ ਹਨ, ਉਸ ਨੂੰ ਸਮਰਪਿਤ ਹਨ ਇਹ ਪ੍ਰੋਗਰਾਮ। ਇਸ ਲਈ ਸੋਸਾਇਟੀ ਵਾਸਤੇ ਇਹ ਤਿੰਨ ਖੁਸ਼ੀਆਂ ਦਾ ਮੌਕਾ ਹੈ, ਤੇ ਸਮਾਗਮ ਵੀ ਬਹੁਤ ਵੱਡਾ ਹੋ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਓਟ ਵਿੱਚ ਅਸੀਂ ਬੈਠੇ ਹਾਂ, ਕਦੀ ਧਿਆਨ ਦੇਣਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ, ਅਸੀਂ ਆ ਕੇ ਗੁਰੂ ਗ੍ਰੰਥ ਸਾਹਿਬ ਕੋਲੋਂ ਕਿੰਨੀਆਂ ਦਾਤਾਂ ਮੰਗਦੇ ਹਾਂ। ਕਿਸੇ ਦੀ ਕੁਛ ਮੰਗ ਹੈ, ਕਿਸੇ ਦੀ ਕੁਛ ਮੰਗ ਹੈ, ਔਰ ਇਹ ਦਾਤਾ ਸਾਰੀਆਂ ਮੰਗਾਂ ਪੂਰੀਆਂ ਕਰਦਾ ਹੈ। ਕਦੀ ਧਿਆਨ ਦਿਓ ਕਿ ਦਾਤਾਂ ਦੇਣ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਨੂੰ ਕਿਸਨੇ ਜੋੜਿਆ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਕੀਤੇ ਨੂੰ ਜਗਤ ਨਹੀਂ ਭੁਲਾ ਸਕਦਾ। ਇੱਕ ਵਿਚਾਰ ਕਰੀਏ ਕਿ ਜੇ ਸਾਡੇ ਜੀਵਨ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਨਿਕਲ ਜਾਣ, ਤੇ ਸਾਡਾ ਕੁਛ ਵੀ ਨਹੀਂ, ਅਸੀਂ ਸੱਚ ਮੰਨੋ ਇਸ ਤਰ੍ਹਾਂ ਮਹਿਸੂਸ ਕਰਾਂਗੇ ਜਿਵੇਂ ਅਸੀਂ ਕਿਤੇ ਯਤੀਮ ਹੋ ਗਏ ਹਾਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦੇਣ ਹੈ, ਮਾਨਵਤਾ ਨੂੰ ਜੋ ਦੇਣ ਹੈ, ਜੋ ਉਹਨਾਂ ਦੀਆਂ ਕਮਾਈਆਂ ਹਨ,
ਜੇ ਅਸੀਂ ਉਹਨਾਂ ਦੀਆਂ ਕਮਾਈਆਂ ਨੂੰ ਯਾਦ ਕਰੀਏ, ਉਹਨਾਂ ਦੀ ਦੇਣ ਨੂੰ ਯਾਦ ਕਰੀਏ, ਤੇ ਜੋ ਸਾਡੇ ਸਿਰ ਤੇ ਕਰਜ਼ਾ ਹੈ ਅਸੀਂ ਇਹ ਕਦੀ ਨਹੀਂ ਉਤਾਰ ਸਕਦੇ। ਅੱਛਾ ਇੱਕ ਗੱਲ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦੀ ਗੁਰੂ ਅਰਜਨ ਸਾਹਿਬ ਜੀ ਨੂੰ ਲੋੜ ਕਿਉਂ ਪਈ? ਪਹਿਲੇ ਵੀ ਚਾਰ ਗੁਰੂ ਸਨ, ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਦੇਖਿਆ ਕਿ ਧੁਰ ਦੀ ਬਾਣੀ ਦੇ ਵਿੱਚ ਰਲਗੜ ਹੋਣਾ ਸ਼ੁਰੂ ਹੋ ਗਿਆ ਹੈ, ਤੇ ਜੋ ਸਾਡੇ ਅੱਗੋਂ ਸਿੱਖ ਹਨ ਕਿਤੇ ਭਰਮ ਭੁਲੇਖ 'ਚ ਪੈ ਕੇ ਸੱਚ ਤੇ ਕੱਚ ਨੂੰ ਨਾ ਪਛਾਣਨ, ਇਹ ਤਾਂ ਬੜਾ ਔਖਾ ਕੰਮ ਹੈ। ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ, ਤੇ ਥੱਲੇ ਚਿੰਨ੍ਹ ਵੀ ਲਿਖਣਾ ਸ਼ੁਰੂ ਕਰਦਾ ਸੀ ਨਾਨਕ ਦਾ। ਇਸ ਤੋਂ ਭਾਵ ਇਹ ਹੈ ਕਿ ਲੋਕੀ ਸਮਝਣ ਵੀ ਜੋ ਮੈਂ ਬੋਲ ਰਿਹਾ ਹਾਂ ਇਹ ਗੁਰੂਆਂ ਦੀ ਬਾਣੀ ਹੈ। ਇੱਕ ਦੁਕਾਨਦਾਰੀ ਚਲਾਈ ਉਹਨਾਂ ਨੇ। ਇਸ ਤੋਂ ਅੱਗੇ ਹੋਰ ਉਹਨੇ ਕੀ ਕੀਤਾ, ਚਾਰੇ ਗੁਰੂਆਂ ਦੀ ਬਾਣੀ ਲੈ ਕੇ ਇੱਕ ਗ੍ਰੰਥ ਵੀ ਉਸਨੇ ਬਣਾ ਲਿਆ ਸੀ। ਤੇ ਗੁਰੂ ਅਰਜਨ ਸਾਹਿਬ ਜੀ ਨੇ ਇਹ ਲੋੜ ਮਹਿਸੂਸ ਕੀਤੀ ਕਿ ਜੋ ਧੁਰ ਦੀ ਬਾਣੀ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਰਲਗੜ ਨਾ ਹੋਵੇ, ਕਿਸੇ ਤਰ੍ਹਾਂ ਦੀ ਮਿਲਾਵਟ ਨਾ ਹੋਵੇ। ਇਸ ਲਈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੋ ਹਨ ਉਹਨਾਂ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਜੋ ਬਾਣੀ ਲਿਖਵਾਈ, ਛੇ ਗੁਰੂਆਂ ਦੀ ਬਾਣੀ ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਪਰ ਉਦੋਂ ਤੱਕ ਪੰਜ ਬਾਣੀਆਂ, ਪੰਜ ਗੁਰੂਆਂ ਦੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ ਅਤੇ 4 ਗੁਰੂ ਘਰ ਦੇ ਸੇਵਕ ਗੁਰਸਿੱਖਾਂ ਦੀ ਬਾਣੀ, 36 ਮਹਾਂਪੁਰਖਾਂ ਦੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸੰਕਲਿਤ ਕਰਕੇ ਇਹ ਜੋ ਗ੍ਰੰਥ ਬਣਾਇਆ, ਇਹ ਜੋ ਜਹਾਜ਼ ਬਣਾਇਆ, ਇਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਜੀ ਨੇ 3 ਵਸਤੂਆਂ ਰੱਖ ਦਿੱਤੀਆਂ। ਹਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸਾ ਦਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸ ਤਜੀ ਨਾ ਜਾਏ ਨਿਤ ਰਾਖੋ ਉਧਾਰੋ, ਤਮ ਸੰਸਾਰ ਚਰਨ ਲੱਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਤਮ ਕਿਹਨੂੰ ਕਹਿੰਦੇ ਆ? ਹਨੇਰੇ ਨੂੰ। ਇਹ ਜੋ ਦੁਨੀਆ ਹਨੇਰੇ ਦੇ ਵਿੱਚ ਪਈ ਹੈ, ਇਹ ਜੋ ਤਮ ਹੈ ਇਸ ਨੂੰ ਮੁਕਾਉਣ ਦੇ ਵਾਸਤੇ ਇਹ ਥਾਲ ਰੂਪੀ ਜੋ ਗੁਰੂ ਗ੍ਰੰਥ ਸਾਹਿਬ ਬਣਿਆ ਇਸ ਦੇ ਵਿੱਚ 3 ਵਸਤੂਆਂ ਗੁਰੂ ਸਾਹਿਬ ਨੇ ਰੱਖ ਦਿੱਤੀਆਂ, 7 ਸੰਤੋਖ ਅਤੇ ਬਾਣੀ ਦੀ ਵਿਚਾਰ ਇਹ ਰੱਖ ਦਿੱਤੀ। ਜਿਹੜਾ ਇਸ ਨੂੰ ਖਾਏਗਾ ਤੇ ਜਿਹੜਾ ਇਸ ਨੂੰ ਪਚਾ ਲਏਗਾ ਫਿਰ ਕੀ ਹੋਏਗਾ? ਉਸਦਾ ਇਸ ਲੋਕ ਦੇ ਵਿੱਚ ਵੀ ਜਨਮ ਸੋਹਿਲਾ ਤੇ ਪਰਲੋਕ ਦੇ ਵਿੱਚ ਵੀ ਜਨਮ ਸੋਹਿਲਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਬਾਣੀ ਸੰਕਲਿਤ ਕਰਾਈ ਭਾਈ ਗੁਰਦਾਸ ਜੀ ਕੋਲੋਂ ਸ੍ਰੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ, ਜਦੋਂ ਬਾਣੀ ਸੰਕਲਿਤ ਹੋ ਗਈ ਤੇ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ ਹੁਣ ਇਸ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕਰਨਾ ਹੈ। ਨਗਰ ਕੀਰਤਨ ਦੇ ਰੂਪ ਵਿੱਚ ਲਿਜਾਣ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਨੇ ਸਾਰੀਆਂ ਸੜਕਾਂ ਸਾਫ਼ ਕਰਵਾਈਆਂ, ਸਵੱਛ ਕਰਵਾਈਆਂ ਅਤੇ ਇਹ ਜੋ ਸਰੂਪ ਗੁਰੂ ਅਰਜਨ ਸਾਹਿਬ ਜੀ ਨੇ ਤਿਆਰ ਕਰਾਇਆ ਸੀ ਸਨ 1604 ਦੇ ਵਿੱਚ ਸਤੰਬਰ ਦੇ ਮਹੀਨਾ, ਜੋ ਕੱਲ ਦਾ ਦਿਨ ਹੈ, ਬਾਬਾ ਬੁੱਢਾ ਜੀ ਦੇ ਸੀਸ ਦੇ ਉੱਤੇ ਸਰੂਪ ਰੱਖਿਆ ਗਿਆ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੰਗੇ ਪੈਰੀ ਚੋਰ ਕਰਦੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਇਸ ਰੂਪ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਜਾਂਦੇ ਹਨ। ਉੱਥੇ ਜਾ ਕੇ ਜਦੋਂ ਸਰੂਪ ਰੱਖਿਆ ਗਿਆ ਤੇ ਬਾਬਾ ਬੁੱਢਾ ਜੀ ਨੂੰ ਬੜੇ ਸਤਿਕਾਰ ਦੇ ਨਾਲ
ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਬਾਬਾ ਬੁੱਢਾ ਜੀ ਹੁਣ ਸਰੂਪ ਨੂੰ ਖੋਲ ਕੇ ਹੁਕਮਨਾਮਾ ਲਵੋ ਤੇ ਪੰਥ ਨੂੰ ਸੁਣਾਓ। ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੈ ਸਭ ਪੰਥ ਅਦਬ ਸੰਗ ਜਮ ਗ੍ਰੰਥ ਕੋ ਖੋਲਾ ਦੇ ਆਵਾਜ਼ ਬੁੱਢਾ ਮੁਖ ਬੋਲਾ। ਹੁਣ ਕੀ ਆਵਾਜ਼ ਆਈ ਜੀ? ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁਤ ਅਬਨਾਸੀ ਜਸ ਵੇਦ ਪੁਰਾਨੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ। ਪਹਿਲਾ ਹੁਕਮਨਾਮਾ ਇਹ ਸੀ। ਹੁਣ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਆਪਣਾ ਆਸਣ ਲਾਣਾ ਉੱਥੇ ਛੱਡ ਦਿੱਤਾ। ਆਸਣ ਤੋਂ ਭਾਵ ਮੱਥਾ ਟਿਕਾਣਾ ਅਤੇ ਨਮਸਕਾਰ ਕਰਨੀ ਨਹੀਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੱਜੇ ਪਾਸੇ ਜਿੱਥੇ ਕੀਰਤਨੀਆ ਸਿੰਘ ਬੈਠਦੇ ਸਨ ਉੱਥੇ ਹੀ ਗੁਰੂ ਅਰਜਨ ਸਾਹਿਬ ਜੀ ਨੇ ਬੈਠਣਾ ਸ਼ੁਰੂ ਕਰ ਦਿੱਤਾ ਅਤੇ ਹੁਕਮ ਕੀਤਾ ਕਿ ਹੁਣ ਜਿਹੜਾ ਤੁਸੀਂ ਨਮਸਕਾਰ ਕਰਨਾ ਹੈ ਇਹ ਗੁਰੂ ਗ੍ਰੰਥ ਸਾਹਿਬ ਨੂੰ ਕਰਨਾ। ਅਜੇ ਉਦੋਂ ਗ੍ਰੰਥ ਸਾਹਿਬ ਕਹਿੰਦੇ ਸਨ ਜਾਂ ਪੋਥੀ ਸਾਹਿਬ ਕਹਿੰਦੇ ਸਨ। ਜਦੋਂ ਸ਼ਾਮ ਦਾ ਟਾਈਮ ਆਉਣ ਲੱਗਿਆ ਤੇ ਬਾਬਾ ਬੁੱਢਾ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛਿਆ ਬੜੇ ਸਤਿਕਾਰ ਦੇ ਨਾਲ ਕਿ ਮਹਾਰਾਜ ਜੀ ਅੱਜ ਰਾਤ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਣ ਕਿੱਥੇ ਕਰਨਾ ਹੈ? ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਿ ਜਿੱਥੇ ਅਸੀਂ ਵਿਸ਼ਰਾਮ ਕਰਦੇ ਹਾਂ ਉੱਥੇ ਇੱਕ ਵਧੀਆ ਪਲੰਗ ਵਿਛਾਓ ਸਵੱਛ ਬਸਤਰ ਵਿਛਾਓ ਉੱਥੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ। ਤੇ ਵੇ ਸਹਿਜ ਸੁਭਾਅ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਤੋਂ ਪੁੱਛਿਆ ਕਿ ਮਹਾਰਾਜ ਜੇ ਉੱਥੇ ਸੁੱਖ ਆਸਣ ਕਰਨਾ ਹੈ ਤਾਂ ਫਿਰ ਤੁਸੀਂ ਕਿੱਥੇ ਬਿਰਾਜਮਾਨ ਹੋਣਾ ਰਾਤ ਨੂੰ? ਤੇ ਗੁਰੂ ਅਰਜਨ ਸਾਹਿਬ ਸੱਚੇ ਪਾਸੇ ਪਤਾ ਕੀ ਬੋਲ ਸਨ? ਮੇਰਾ ਕੀ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਕਰੋ, ਤੁਸੀਂ ਉੱਥੇ ਹੀ ਜਿੱਥੇ ਜਿਹਨੂੰ ਅਸੀਂ ਕੋਠਾ ਸਾਹਿਬ ਕਹਿੰਦੇ ਹਾਂ ਅਕਾਲ ਤਖ਼ਤ, ਤੁਸੀਂ ਉੱਥੇ ਸੁੱਖ ਆਸਣ ਕਰੋ, ਮੈਂ ਨੀਚੇ ਚਾਦਰ ਲੈ ਕੇ ਪਿਆ ਰਹਾਂਗਾ, ਮੇਰੀ ਕੋਈ ਗੱਲ ਨਹੀਂ। ਸੋ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਕਹਿਣ ਮੁਤਾਬਿਕ ਉਹਨਾਂ ਦਾ ਇੱਕ ਬਿਸਤਰਾ ਵੀ ਉੱਥੇ ਵਿਛਾਇਆ ਗਿਆ ਤੇ ਅੱਜ ਵੀ ਤੁਸੀਂ ਜਾ ਕੇ ਕੋਠਾ ਸਾਹਿਬ ਦੇਖੋ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਹੁਕਮ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਣ ਕਰਨਾ ਹੈ, ਸੁੱਖ ਆਸਣ ਉੱਥੇ ਹੁੰਦਾ ਸੀ ਤੇ ਗੁਰੂ ਅਰਜਨ ਸਾਹਿਬ ਥੱਲੇ ਬਿਰਾਜਦੇ ਸਨ। ਅੱਜ ਉਹ ਪ੍ਰਤੀਕ ਹੈ ਕਿ ਕਿਸੇ ਸਮੇਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਉੱਪਰ ਗੁਰੂ ਗ੍ਰੰਥ ਸਾਹਿਬ, ਨੀਚੇ ਗੁਰੂ ਅਰਜਨ ਸਾਹਿਬ ਬਿਰਾਜਮਾਨ ਹੁੰਦੇ ਸਨ। ਜਦੋਂ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕੋਲ ਗੁਰਗੱਦੀ ਸੀ, ਗੁਰੂ ਗ੍ਰੰਥ ਸਾਹਿਬ ਕੋਲ ਗੁਰਗੱਦੀ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਪਤਾ ਕਦੋਂ ਮਿਲੀ? 1708 ਦੇ ਵਿੱਚ ਨੰਦੇੜ ਵਿਖੇ, ਸੱਚਖੰਡ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਾਈ ਦਿੱਤੀ ਜਦੋਂ ਉਹ ਜੋਤੀ ਜੋਤ ਸਮਾਣ ਲੱਗੇ ਸਨ। ਦੇਖੋ ਉਹ ਗੁਰੂ ਜਿਹੜੇ ਸਾਨੂੰ ਸਿਖਾ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ ਹੈ, ਜਦੋਂ ਉਹ ਗੁਰੂ ਸਨ ਤੇ ਅੱਜ ਸਾਡੇ ਸਾਹਮਣੇ ਸਾਕਸ਼ਾਤ ਗੁਰੂ ਗ੍ਰੰਥ ਸਾਹਿਬ ਹਨ, ਅੱਜ ਸਾਨੂੰ ਕਿਤਨਾ ਸਤਿਕਾਰ ਕਰਨਾ ਪਏਗਾ ਇਹ ਅਸੀਂ ਸੋਚਣਾ ਹੈ। ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਪੱਟਾ ਨੇ ਕਿਹਾ ਹੈ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਪੱਟ ਸਾਹਿਬਾਨ ਕਹਿੰਦੇ ਹਨ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਉਹ ਪ੍ਰਤੱਖ ਹਰੀ ਪ੍ਰਤੱਖ ਹਰ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਕਿਤਨਾ ਸਤਿਕਾਰ ਕਰਦੇ ਸਨ ਇਹ ਸਾਨੂੰ ਸਿਖਾ ਰਹੇ ਹਨ। ਦੇਖੋ ਇੱਕ ਹੁੰਦਾ ਥਿਓਰੈਟੀਕਲ, ਇੱਕ ਹੁੰਦਾ ਪ੍ਰੈਕਟੀਕਲ। ਸਾਨੂੰ ਗੁਰੂਆਂ ਨੇ ਕੀ ਸਿਖਾਇਆ? ਬਹੁਤ ਪ੍ਰੈਕਟੀਕਲੀ
ਐਸ ਵੈਲ ਐਸ ਥਿਓਰੈਟਿਕਲੀ ਸਾਨੂੰ ਦੋਨੇ ਚੀਜ਼ਾਂ ਸਿਖਾਈਆਂ ਗਈਆਂ। ਇਹ ਤਾਂ ਤੁਹਾਡੇ ਨਾਲ ਮੈਂ ਗੁਰ ਇਤਿਹਾਸ ਦੀ ਵਿਚਾਰ ਕਰ ਰਿਹਾ ਸੀ। ਸਾਡੀਆਂ ਅੱਡੀਆਂ ਖੁਸ਼ੀ ਨਾਲ ਜ਼ਮੀਨ ਤੇ ਨਹੀਂ ਲੱਗਦੀਆਂ ਜਦੋਂ ਅਸੀਂ ਸੁਣਦੇ ਹਾਂ ਕਿ ਬਾਹਰ ਦੇ ਧਰਮਾਂ ਦੇ ਲੋਕ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਿਤਨਾ ਸਤਿਕਾਰ ਕਰਦੇ ਹਨ। ਸਨ 2004 ਦੀ ਗੱਲ ਹੈ, 1 ਸਤੰਬਰ 2004 ਜਦੋਂ ਸਾਰੇ ਪੰਥ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 400 ਸਾਲਾਂ ਪਹਿਲਾ ਪ੍ਰਕਾਸ਼ ਉਤਸਵ ਅੰਮ੍ਰਿਤਸਰ ਦੀ ਧਰਤੀ ਦੇ ਮਨਾਇਆ ਸੀ। ਸ਼ਾਇਦ ਤੁਹਾਨੂੰ ਯਾਦ ਵੀ ਹੋਏਗਾ, ਸਾਰਾ ਸਿੱਖ ਜਗਤ ਉੱਥੇ ਪਹੁੰਚਿਆ ਸੀ, ਹੋਰ ਮਤਾਂ ਮਤਾਂਤਰਾਂ ਦੇ ਉੱਥੇ ਲੋਕ ਪਹੁੰਚੇ ਸਨ, ਆਗੂ ਪਹੁੰਚੇ ਸਨ, ਤੇ ਇੱਕ ਬੜੀ ਭਿੱਜੀ ਹੋਈ ਰੂਹ ਮੁਸਲਮਾਨ ਮਤ ਦੇ ਜੋ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਬਦੁੱਲਾ ਬੁਖਾਰੀ ਜੀ ਉਹ ਵੀ ਆਏ ਸੀ। ਜਦੋਂ ਉਹਨਾਂ ਨੇ ਉੱਥੇ ਲੈਕਚਰ ਦਿੱਤਾ ਨਾ, ਬੜਾ ਪਿਆਰਾ ਲੈਕਚਰ ਸੀ। ਉਹ ਕੀ ਕਹਿੰਦੇ ਲੈਕਚਰ ਦੇ ਵਿੱਚ, ਵੀ ਜਦੋਂ ਸਾਰੀ ਦੁਨੀਆ ਦੇ ਲੋਕ ਸਿਆਣੇ ਅਤੇ ਅਕਲਮੰਦ ਹੋ ਜਾਣਗੇ ਧਾਰਮਿਕ ਖੇਤਰ ਦੇ ਵਿੱਚ, ਜਦੋਂ ਸਾਰੀ ਦੁਨੀਆ ਦੇ ਲੋਕ ਅਕਲਮੰਦ ਅਤੇ ਸਿਆਣੇ ਹੋ ਜਾਣਗੇ ਤਾਂ ਇੱਕ ਹੀ ਧਰਮ ਹੋਏਗਾ ਅਤੇ ਇੱਕ ਹੀ ਗ੍ਰੰਥ ਹੋਏਗਾ। ਉਹ ਕਿਹੜਾ ਗ੍ਰੰਥ ਹੋਏਗਾ? ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਅਬਦੁੱਲਾ ਬੁਖਾਰੀ ਨੇ ਉੱਥੇ ਲੈਕਚਰ ਦੇ ਵਿੱਚ ਕੀ ਕਿਹਾ ਕਿ ਤੁਸੀਂ ਮੈਨੂੰ ਪੁੱਛੋਗੇ ਕਿ ਮੈਂ ਮੁਸਲਮਾਨ ਮਤ ਦਾ ਆਗੂ ਹਾਂ, ਮੈਂ ਇਹ ਕਿਉਂ ਗੱਲ ਕਰ ਰਿਹਾ ਹਾਂ? ਪੁੱਛ ਸਕਦੇ ਹੋ ਨਾ, ਤੇ ਮੈਂ ਤੁਹਾਨੂੰ ਆਪ ਹੀ ਦੱਸ ਦਿੰਦਾ ਕਿ ਉਹ ਗ੍ਰੰਥ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਸ ਦੇ ਵਿੱਚ ਸ਼ੇਖ ਫਰੀਦ ਜੀ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਬਿਠਾਇਆ, ਭੀਖਣ ਸ਼ਾਹ ਜੀ ਨੂੰ, ਭਗਤ ਭੀਖਣ ਸ਼ਾਹ ਜੀ ਨੂੰ ਰੂਪ ਜੀ ਜੋ ਪਰਮਾਤਮਾ ਨੇ ਉਹਨਾਂ ਨੂੰ ਇੰਨੀ ਬਖਸ਼ਿਸ਼ ਕੀਤੀ ਹੈ ਉਹਨਾਂ ਤੇ, ਉਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਬਰਾਬਰ ਬਿਠਾ ਕੇ ਇਤਨਾ ਮਾਣ ਦਿੱਤਾ, ਤੇ ਮੈਂ ਕਿਉਂ ਨਾ ਕਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ। ਇੱਥੇ ਹੀ ਗੱਲ ਮੁੱਕਦੀ ਨਹੀਂ। ਇੱਕ ਅੰਗਰੇਜ਼ ਔਰਤ ਇਤਿਹਾਸ ਦੇ ਪੰਨੇ ਫਰੋਲੋ ਕਦੀ, ਇੱਕ ਅੰਗਰੇਜ਼ ਔਰਤ ਜਿਸਨੇ ਦੁਨੀਆ ਦੇ ਸਾਰੇ ਧਰਮਾਂ ਦਾ ਅਧਿਐਨ ਕੀਤਾ, ਸਾਰੀ ਦੁਨੀਆ ਦੀ ਸਾਰੇ ਮਤਾਂ ਦਾ ਉਹਨੇ ਸਾਰਾ ਹਰ ਚੀਜ਼ ਦੀ ਸਟੱਡੀ ਕੀਤੀ, ਤੇ ਫਿਰ ਕੀ ਹੋਇਆ? ਉਹਨੂੰ ਨੋਬਲ ਪ੍ਰਾਈਜ਼ ਮਿਲਣਾ ਸੀ। ਉਹਦਾ ਨਾਂ ਸੀ ਪਰਲ ਐਸ ਬਕ, ਅੰਗਰੇਜ਼ ਔਰਤ ਹੈ, ਇੰਗਲੈਂਡ ਦੀ ਧਰਤੀ ਲੰਡਨ ਦੇ ਵਿੱਚ ਉਸਨੂੰ ਨੋਬਲ ਪੁਰਸਕਾਰ ਮਿਲਣਾ ਸੀ। ਤੇ ਜਦੋਂ ਉਹਨੂੰ ਪੁਰਸਕਾਰ ਮਿਲਣਾ ਸੀ ਨਾ, ਪੁਰਸਕਾਰ ਤੋਂ ਪਹਿਲਾਂ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਸਾਰੇ ਧਰਮਾਂ ਦਾ ਅਧਿਐਨ ਕੀਤਾ ਹੈ, ਸਾਰੀ ਦੁਨੀਆ ਦੇ ਧਰਮਾਂ ਦਾ ਅਧਿਐਨ ਕੀਤਾ ਹੈ, ਸਾਰੇ ਮਜ਼ਹਬਾਂ ਦਾ ਅਧਿਐਨ ਕੀਤਾ ਹੈ, ਅੱਜ ਤੁਹਾਡੇ ਲੈਕਚਰ ਦੇ ਵਿੱਚ ਮੁੱਖ ਵਿਸ਼ਾ ਕੀ ਹੈ? ਉਹਨੇ ਪਤਾ ਕੀ ਕਿਹਾ ਜਦੋਂ ਉਹਨੇ ਲੈਕਚਰ ਦਿੱਤਾ? ਇਹ ਦੁਨੀਆ ਦੇ ਲੋਕੋ, ਜੇ ਤੁਸੀਂ ਚਾਹੁੰਦੇ ਹੋ ਕਿ ਦੁਨੀਆ ਦੇ ਵਿੱਚ ਸ਼ਾਂਤੀ ਵਰਤੇ, ਜੇ ਤੁਸੀਂ ਚਾਹੁੰਦੇ ਹੋ ਕਿ ਭਰਾ ਭਰਾ ਦਾ ਦੁਸ਼ਮਣ ਨਾ ਹੋਵੇ, ਜੇ ਤੁਸੀਂ ਚਾਹੁੰਦੇ ਹੋ ਕਿ ਸਾਰੀ ਦੁਨੀਆ ਦੀਆਂ ਸਰਹੱਦਾਂ ਖਤਮ ਹੋ ਕੇ ਇੱਕ ਹੀ ਦੇਸ਼ ਬਣ ਜਾਵੇ, ਇੱਕ ਨਸਲ ਦੀ ਦੂਜੇ ਨਸਲ ਨਾਲ, ਇੱਕ ਧਰਮ ਦੀ ਦੂਜੇ ਧਰਮ ਦੇ ਨਾਲ, ਇੱਕ ਭਾਈਚਾਰੇ ਦੂਜੇ ਭਾਈਚਾਰੇ ਦੇ ਨਾਲ ਕੋਈ ਲੜਾਈ ਨਾ ਹੋਵੇ, ਮਿਲਵਰਤਨ ਹੋਵੇ, ਸੁੱਖ ਸ਼ਾਂਤੀ ਹੋਵੇ, ਸਾਰੇ ਇੱਕ ਦੂਜੇ ਨੂੰ ਦੇਖ ਕੇ ਸੁਖਾਂਦੇ ਹੋਣ, ਤਾਂ ਫਿਰ ਉੱਥੇ ਪਤਾ ਕੀ ਹੈ? ਉੱਥੇ ਧੰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਨਾ, ਸਿਰਫ ਉਸੇ ਨੂੰ ਹੀ ਵਿਚਾਰਨਾ ਪਏਗਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਕੋ ਇੱਕ ਗ੍ਰੰਥ ਹਨ ਜਿਨ੍ਹਾਂ ਦੇ ਬਰਾਬਰ ਦੁਨੀਆ ਦੇ ਵਿੱਚ ਕੋਈ ਗ੍ਰੰਥ ਨਹੀਂ। ਇਸ ਗ੍ਰੰਥ ਨੂੰ ਦੇਖੋ ਜਿਸ ਦੇ ਵਿੱਚ ਸਾਨੂੰ ਉਪਦੇਸ਼ ਮਿਲਦੇ ਹਨ, ਸਭੇ ਸਾਂਝੀ ਵਾਲ ਸਦਾਇਨ
ਤੂੰ ਕਿਸੇ ਨਾ ਦਿਸੇ ਬਾਹਰਾ ਜੀਓ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਮੈਂ ਜੋਤ ਜੋਤ ਹੈ ਸੋਏ ਸਿਜਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਹੁਣ ਜੋਤ ਤਾਂ ਸਾਰਿਆਂ ਦੇ ਅੰਦਰ ਹੈ ਤੇ ਜੋਤ ਪ੍ਰਗਟ ਕਿਵੇਂ ਹੋਏਗੀ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਾਖੀ ਗੁਰੂ ਦੀ ਸਿੱਖਿਆ ਜਦੋਂ ਉਹ ਅੰਦਰ ਪ੍ਰਵੇਸ਼ ਕਰ ਗਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਨਾਲ ਜੁੜ ਗਏ ਤੇ ਜੋ ਅੰਦਰ ਦੀ ਜੋਤ ਹੈ ਨਾ ਫਿਰ ਉਸਨੇ ਪ੍ਰਗਟ ਹੋਣਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ ਵੀ ਆ ਰਿਹਾ ਹੈ ਜਿਸ ਨੂੰ ਸਮਰਪਿਤ ਪ੍ਰੋਗਰਾਮ ਵੀ ਹੋ ਰਿਹਾ ਹੈ ਉਹਨਾਂ ਦੇ ਬਾਰੇ ਵੀ ਆਪਾਂ ਕੁਛ ਵਿਚਾਰਾਂ ਕਰਨੀਆਂ ਹਨ ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿੱਕਾ ਚਲਾਇਆ ਉਹ ਕਿਹੜਾ ਸਿੱਕਾ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਪੰਥ ਉਹ ਕਿਹੜਾ ਪੰਥ ਹੈ ਇਸ ਵਰਗਾ ਕੋਈ ਪੰਥ ਨਹੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਮੇਈ ਨਦੀ ਦੇ ਵਿੱਚ ਸੁਲਤਾਨਪੁਰ ਲੋਧੀ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਕੋਲ ਰਹਿੰਦੇ ਸਨ ਅਤੇ ਮੋਦੀ ਖਾਨੇ ਦੇ ਵਿੱਚ ਕਿਰਤ ਕਰਦੇ ਸਨ ਤੇ ਉੱਥੇ ਉਹਨਾਂ ਦਾ ਰੋਜ਼ ਦਾ ਨੇਮ ਬਣ ਗਿਆ ਸੀ ਕਿ ਅੰਮ੍ਰਿਤ ਵੇਲੇ ਵੇਈ ਨਦੀ ਦੇ ਵਿੱਚ ਜਾ ਕੇ ਉਹਨਾਂ ਨੇ ਰੋਜ਼ ਇਸ਼ਨਾਨ ਕਰਨਾ ਇੱਕ ਦਿਨ ਕੀ ਹੋਇਆ ਵੇਈ ਨਦੀ ਚਲੇ ਗਏ ਅੰਮ੍ਰਿਤ ਵੇਲੇ ਸੇਵਾਦਾਰ ਨਾਲ ਹੈ ਟੁੱਬੀ ਮਾਰੀ ਬਾਹਰ ਨਾ ਆਏ ਨਾ ਆਏ ਬਾਹਰ ਸੇਵਾਦਾਰ ਖੜਿਆ ਰਿਹਾ ਕੱਪੜੇ ਲੈ ਕੇ ਜਦੋਂ ਸੂਰਜ ਦੀ ਟਿੱਕੀ ਨਿਕਲੀ ਉਸ ਤੋਂ ਬਾਅਦ ਬੇਬੇ ਨਾਨਕੀ ਦੇ ਕੋਲ ਗਿਆ ਕਿ ਅੱਜ ਰੋਜ਼ ਦੀ ਤਰ੍ਹਾਂ ਜਿਵੇਂ ਗੁਰੂ ਨਾਨਕ ਸਾਹਿਬ ਇਸ਼ਨਾਨ ਕਰਕੇ ਬਾਹਰ ਆਉਂਦੇ ਸਨ ਅੱਜ ਬਾਹਰ ਨਹੀਂ ਆਏ ਤੇ ਬੇਬੇ ਨਾਨਕੀ ਜੀ ਨੇ ਪਤਾ ਕੀ ਕਿਹਾ ਘਬਰਾਉਣ ਦੀ ਲੋੜ ਨਹੀਂ ਦੁਨੀਆ ਸਾਰੀ ਡਰ ਗਈ ਪਰ ਬੇਬੇ ਨਾਨਕੀ ਨੇ ਉਹ ਨਹੀਂ ਡਰਦਾ ਅੱਖ ਜਿਹੜੀ ਹੈ ਨਾ ਇੱਕ ਜੋਰੀ ਦੀ ਜੋ ਅੱਖ ਹੈ ਨਾ ਉਹ ਹੀ ਹੀਰੇ ਨੂੰ ਪਛਾਣ ਸਕਦੀ ਰਾਏ ਬੁਲਾਰ ਦੀ ਅੱਖ ਧੰਨ ਗੁਰੂ ਨਾਨਕ ਨੂੰ ਪਛਾਣ ਗਈ ਬੇਬੇ ਨਾਨਕੀ ਦੀ ਅੱਖ ਧੰਨ ਗੁਰੂ ਨਾਨਕ ਸਾਹਿਬ ਨੂੰ ਪਛਾਣ ਗਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਵਿੱਚ ਵਿਚਰੇ ਜੋ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਇੱਕ ਕਵੀ ਨੇ ਬੜਾ ਸੁੰਦਰ ਕਿਹਾ ਕਿ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਇਹਦਾ ਮਤਲਬ ਕੀ ਹੈ ਬ੍ਰਹਿਮੰਡ ਦੇ ਵਿੱਚ ਜੋ ਤਾਰੇ ਹਨ ਉਹ ਤੁਸੀਂ ਗਿਣ ਸਕਦੇ ਹੋ ਪਰ ਜਿਤਨੇ ਧੰਨ ਗੁਰੂ ਨਾਨਕ ਸਾਹਿਬ ਨੇ ਜਿੰਨਾ ਬੰਦਿਆਂ ਨੂੰ ਤਾਰਿਆ ਉਹ ਨਹੀਂ ਗਿਣਿਆ ਜਾ ਸਕਦਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਇਤਿਹਾਸ ਦੇ ਵਿੱਚੋਂ ਪੜ੍ਹਦੇ ਹਾਂ ਕਿ ਭਾਈ ਮਰਦਾਨੇ ਨੂੰ ਭੁੱਖ ਬੜੀ ਲੱਗਦੀ ਸੀ ਭਾਈ ਮਰਦਾਨੇ ਦੀ ਭੁੱਖ ਨੇ ਪਤਾ ਨਹੀਂ ਕਿਸ ਕਿਸ ਦਾ ਫਾਇਦਾ ਕੀਤਾ ਭਾਈ ਮਰਦਾਨੇ ਦੀ ਪਿਆਸ ਨੇ ਪਤਾ ਨਹੀਂ ਕਿਸ ਕਿਸ ਦਾ ਫਾਇਦਾ ਕੀਤਾ ਭਾਈ ਮਰਦਾਨੇ ਦੀ ਭੁੱਖ ਨੇ ਸਾਲਸਰਾਏ ਜੋਰੀ ਦਾ ਤੇ ਅਧਰਕੇ ਦਾ ਫਾਇਦਾ ਕੀਤਾ ਮਰਦਾਨੇ ਦੀ ਪਿਆਸ ਨੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਮਰਦਾਨੇ ਦੇ ਕਰਕੇ ਹੀ ਨੂਰ ਜਾਂ ਜਾਦੂ ਕਰਨੀ ਦਾ ਉਧਾਰ ਹੋਇਆ ਪਰ ਇਹ ਜੋ ਵੀ ਹੁੰਦਾ ਸੀ ਨਾ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਕੋਤਕ ਸਨ ਦੋਹਾਂ ਸਿਰਿਆਂ ਕਾ ਆਪ ਸੁਆਮੀ ਕਿਉਂਕਿ ਦੋਨਾਂ ਪਾਸੇ ਉਹ ਚੱਲ ਰਿਹਾ ਹੈ ਉਹ ਸਭ ਕੁਝ ਦੇਖ ਰਿਹਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ 550ਵੀਂ ਜੋ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ ਕੀ ਬਿਆਨ ਕਰੀਏ ਪਰ ਸੱਚ ਜਾਣੇ ਅੱਜ ਆਪਾਂ ਜੋ ਮਾਹੌਲ ਦੇਖ ਰਹੇ ਹਾਂ ਜੋ ਵੀ ਆਪਾਂ ਦੇਖ ਰਹੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹੋ ਜਿਹਾ ਪੰਜਾਬ ਸਿਰਜਿਆ ਸੀ ਧੰਨ ਗੁਰੂ ਨਾਨਕ ਸਾਹਿਬ ਨੇ ਕਿੱਥੇ ਲਿਖਿਆ ਵੀ ਮੇਰੇ ਅਸੀਂ ਕਦੀ ਨਸ਼ਾ ਵੀ ਕਰਨਗੇ ਧੰਨ ਗੁਰੂ ਨਾਨਕ ਸਾਹਿਬ ਨੇ ਕਿੱਥੇ ਲਿਖਿਆ ਹੈ ਕਿ ਮੇਰੇ ਅਸੀਂ ਕਦੀ ਸ਼ਰਾਬ ਵੀ ਪੀਣਗੇ
ਧੰਨ ਗੁਰੂ ਨਾਨਕ ਸਾਹਿਬ ਨੇ ਤਾਂ ਇਹੋ ਜਿਹਾ ਉਪਦੇਸ਼ ਦਿੱਤਾ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਨਾ ਪਛਾਣੀ ਖਸਮੋ ਤੱਕੇ ਗਾਏ। ਤੇ ਅਸੀਂ ਕੀ ਕਰ ਰਹੇ ਹਾਂ? ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਾਂ। ਵਿਚਾਰ ਕਰਨ ਦੀ ਲੋੜ ਹੈ। ਜੋ ਨਸ਼ਾ ਪੰਜਾਬ ਦੇ ਵਿੱਚ ਹੋ ਰਿਹਾ ਹੈ, ਕਿਤੇ ਵੀ ਨਹੀਂ ਹੋ ਰਿਹਾ। ਹੁਣ ਆਪਾਂ ਇਹ ਕਹੀਏ ਬਈ ਇਹ ਨਸ਼ੇ ਕਿਉਂ ਹੋਏ? ਕਸੂਰ ਸਾਡਾ ਵੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਗੁਰਦੁਆਰੇ ਲਿਆਉਣਾ ਸੀ ਨਹੀਂ ਲੈ ਕੇ ਆਏ। ਇਹ ਸਾਡਾ ਮਤਲਬ ਇੱਕ ਬੜਾ ਨੈਗੇਟਿਵ ਪੁਆਇੰਟ ਹੈ। ਅੱਜ ਵੀ ਆਪਾਂ ਦੇਖ ਰਹੇ ਹਾਂ ਸਾਡੇ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਫੜੇ ਹਨ। ਜੇ ਅਸੀਂ ਕਿਤੇ ਗੁਰਦੁਆਰੇ ਦਾ ਕਹਿ ਦਿੰਦੇ ਹਾਂ ਤੇ ਉਹ ਕਹਿੰਦੇ ਨਹੀਂ ਜਾਣਾ। ਅਸੀਂ ਮਤਲਬ ਉਹਨਾਂ ਨੂੰ ਕੰਟਰੋਲ ਕਰਨਾ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜੀ ਥਾਂ ਦੇ ਉੱਤੇ ਸਾਨੂੰ ਉਪਦੇਸ਼ ਦਿੱਤਾ, ਅੱਜ ਦੇਖੋ ਪੰਜਾਬ ਦੀ ਧਰਤੀ ਦੇ ਉੱਤੇ ਕਿਤਨੇ ਕਿਸਾਨ ਰੋਜ਼ ਮਰ ਰਹੇ ਹਨ। ਕੀ ਅਸੀਂ ਉਹਨਾਂ ਵੱਲ ਧਿਆਨ ਕੀਤਾ? 50,000 67 ਹਜ਼ਾਰ ਕਿਸਨੇ ਲੱਖ ਰੁਪਏ ਦਾ ਕਰਜ਼ਾ ਦੇਣਾ ਹੈ? ਅਸੀਂ ਮੈਰਿਜ ਪੈਲਸਾਂ ਦੇ ਵਿੱਚ ਜਾ ਕੇ ਕਰੋੜਾਂ ਰੁਪਈਏ ਖਰਚ ਕਰ ਦਿੰਦੇ ਹਾਂ, ਲੱਖਾਂ ਰੁਪਈਏ ਖਰਚ ਕਰ ਦਿੰਦੇ ਹਾਂ, ਪਰ ਕਦੀ ਆ ਕੇ ਇਹ ਕਿਹਾ ਬਈ ਮੇਰੀ ਕੁੜੀ ਦਾ ਵਿਆਹ ਹੋ ਰਿਹਾ ਹੈ, ਮੈਂ 10 ਕਿਸਾਨਾਂ ਨੂੰ ਬਚਾ ਲਵਾਂ, ਮੇਰੀ ਕੁੜੀ ਦਾ ਵਿਆਹ ਹੋ ਰਿਹਾ ਹੈ, ਹਸਪਤਾਲ ਦੇ ਵਿੱਚ ਜਾ ਕੇ ਕਿਸੇ ਦੁਖੀ ਦੀ ਮੈਂ ਸਾਰ ਲੈ ਲਵਾਂ? ਪਰ ਸੱਚ ਜਾਣਿਆ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਇਹ ਗੁਰੂ ਨਾਨਕ ਦਾ ਮਿਸ਼ਨ ਹੈ, ਇਹਦੇ ਵਿੱਚ ਸਾਨੂੰ ਚੱਲਣਾ ਪੈਣਾ ਹੈ। ਦੇਖੋ ਜਿਹੜੇ ਉਸ ਨਾਲ ਜੁੜ ਗਏ, ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਉਸ ਪਾਰਸ ਨਾਲ ਜਿਹੜੇ ਛੂਹ ਗਏ ਉਹ ਸੋਨਾ ਬਣ ਗਏ। ਤੁਸੀਂ ਅੱਜ ਵੀ ਦੇਖੋ, ਅੱਜ ਵੀ ਸਿੱਖਾਂ ਦੇ ਜੋ ਬਣੇ ਹਨ, ਸਿੱਖ ਏਡ ਨਾਂ ਦੀ ਜੋ ਕੌਮ ਬਣੀ ਹੈ, ਜੋ ਫੌਜ ਬਣੀ ਹੈ, ਅੱਜ ਉਹਨਾਂ ਦਾ ਨਾਮ ਦੁਨੀਆ ਦੇ ਵਿੱਚ ਮਸ਼ਹੂਰ ਹੋ ਰਿਹਾ ਹੈ। ਪਰ ਸਾਨੂੰ ਵੀ ਉੱਠਣ ਦੀ ਲੋੜ ਹੈ। ਅੱਜ ਸਾਡੇ ਪੰਜਾਬ 'ਚ ਹੜ੍ਹ ਆਇਆ, ਸਾਨੂੰ ਕਿਸੇ ਨੇ ਨਹੀਂ ਪੁੱਛਿਆ, ਬਾਹਰਲੇ ਸੂਬੇ 'ਚ ਹੜ੍ਹ ਆਉਂਦੇ ਹਨ ਤੇ ਸਾਡੇ ਸਿੱਖ ਚਲੇ ਜਾਂਦੇ ਹਨ। ਕੀ ਇਹ ਗੁਰਸਿੱਖੀ ਕਿਤੋਂ ਮਿਲੀ ਸਾਨੂੰ? ਧੰਨ ਗੁਰੂ ਨਾਨਕ ਸਾਹਿਬ ਦੇ ਕੋਲੋਂ ਇਹ ਸਾਰਾ ਕੁਝ ਮਿਲਿਆ ਨੇ। ਜੇ ਕਿਹਾ ਨਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਤੇ ਆਪ ਕਿਰਤ ਕੀਤੀ, ਆਪ ਨਾਮ ਜਪਿਆ, ਆਪ ਵੰਡ ਛਕਿਆ। ਤੇ ਧੰਨ ਗੁਰੂ ਨਾਨਕ ਸਾਹਿਬ ਜਦੋਂ ਵੇਈ ਦੇ ਵਿੱਚ 3 ਦਿਨ ਉੱਥੇ ਰਹੇ ਤੇ ਉੱਥੋਂ ਦਰਗਾਹ ਦੇ ਵਿੱਚੋਂ ਸੱਚਖੰਡ ਦੇ ਵਿੱਚੋਂ ਕੀ ਲੈ ਕੇ ਆਏ? ਬਾਬਾ ਪੈਂਦਾ ਸੱਚਖੰਡ ਨੌਨਿਦ ਨਾਮ ਗਰੀਬੀ ਗਰੀਬੀ ਨਿਮਰਤਾ ਨਾਮ ਲੈ ਕੇ ਆਏ। ਦੇਖੋ ਸਾਡੇ ਗੁਰੂ ਵਰਗਾ ਕਿਤੇ ਗੁਰੂ ਨਹੀਂ ਜਿਹਨੇ ਆਪ ਪ੍ਰੈਕਟੀਕਲੀ ਕਰਕੇ ਸਾਰਾ ਕੁਝ ਸਾਨੂੰ ਦਿਖਾਇਆ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ। ਅੱਜ ਸਿੱਖਾ ਤੂੰ ਕਿੱਧਰ ਜਾ ਰਿਹਾ ਹੈ? ਅੱਜ ਤੇਰੇ ਹੱਥ ਦੇ ਵਿੱਚ ਕੜਾ ਵੀ ਹੈ ਤੇ ਦੂਜੇ ਹੱਥ ਵਿੱਚ ਤੇਰਾ ਧਾਗਾ ਬਣਿਆ ਹੋਇਆ, ਕਿੱਧਰ ਜਾ ਰਿਹਾ ਤੂੰ? ਅੱਜ ਤੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੀਸ ਵੀ ਝੁਕਾ ਰਿਹਾ ਹੈ, ਦੂਜੇ ਪਾਸੇ ਤੂੰ ਕਬਰਾਂ ਤੇ ਵੀ ਜਾ ਰਿਹਾ, ਤੂੰ ਕਿੱਥੇ ਜਾ ਰਿਹਾ ਹੈ? ਆਪਾਂ ਦੇਖਦੇ ਹਾਂ ਨਾ ਉਹ ਕੀ ਲਿਖਿਆ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਫਿਰ ਅਸੀਂ ਕਿੱਧਰ ਜਾ ਰਹੇ ਹਾਂ? ਕੋਈ ਹੈ ਕੋਈ ਅਪੀਲ ਤੇ ਦਲੀਲ? ਅੱਜ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਜਿਨਕੇ ਪੁਰਬ ਮਨਾਤੇ ਹੋ ਉਨਕੀ ਬਾਤ ਕੋ ਸਮਝੋ, ਜੋ ਅਸੀਂ ਮਨਾ ਰਹੇ ਹਾਂ ਨਾ, ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ, ਜੋ ਗੁਰਬਾਣੀ ਦੇ ਨਾਲ ਸਾਨੂੰ ਗੁਰੂਆਂ ਨੇ ਜੋੜਿਆ ਹੈ, ਤੇ ਜੇ ਅਸੀਂ ਉਸ ਦੇ ਨਾਲ ਜੁੜ ਗਏ, ਪਾਰਸ ਦੇ ਨਾਲ ਛੂ ਗਏ, ਸੋਨਾ ਬਣ ਜਾਵਾਂਗੇ, ਤੇ ਨਹੀਂ ਤਾਂ ਸਾਡਾ ਹਾਲ ਵੀ ਉਹੀ ਹੋਣਾ ਹੈ। ਦੇਖੋ ਗੁਰੂ ਨਾਨਕ ਸਾਹਿਬ ਜਦੋਂ ਸੱਜਣ ਠੱਗ ਕੋਲ ਗਏ ਨਾ, ਹੁਣ ਅੱਜ ਦੀ ਡੇਟ ਸੱਜਣ ਠੱਗ ਤਾਂ ਨਹੀਂ, ਅੱਜ ਦੀ ਡੇਟ ਕੋਡਾ ਰਾਕੇਸ਼ ਤਾਂ ਨਹੀਂ, ਅੱਜ ਦੀ ਡੇਟ ਕੋਡਾ ਭਗਤ ਹੈ, ਸੱਜਣ ਭਗਤ ਹੈ, ਇਹ ਸਾਰੇ ਭਗਤ ਹਨ। ਪਰ ਅਸੀਂ ਅੱਜ ਵੀ ਕਈ ਵਾਰੀ ਕੋਡਾ ਰਾਕੇਸ਼ ਕਹਿ ਕੇ ਕਹਿ ਦਿੰਦੇ ਹਾਂ, ਸੱਜਣ ਠੱਗ ਨਾ, ਉਹ ਤਾਂ ਭਾਈ ਬਣ ਗਏ, ਉਹ ਵੀਰ ਬਣ ਗਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਸੇ, ਇੱਕ ਪਾਸੇ ਭਾਈ ਬਾਲਾ ਹੈ, ਇੱਕ ਪਾਸੇ ਭਾਈ ਮਰਦਾਨਾ ਹੈ, ਤੇ ਉਹਨਾਂ ਨੂੰ ਜੋ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ, ਕੋਈ ਜਾਤ ਪਾਤ ਦੇਖੀ ਵੀ ਇੱਕ ਪਾਸੇ ਮੁਸਲਮਾਨ ਆ, ਇੱਕ ਪਾਸੇ ਹਿੰਦੂ ਹੈ, ਤੇ ਜਦੋਂ ਸੱਚਖੰਡ ਦੇ ਵਿੱਚ ਆਏ ਤੇ ਫਿਰ ਕੀ ਕਹਿੰਦੇ, ਨਾ ਕੋ ਹਿੰਦੂ ਨਾ ਮੁਸਲਮਾਨ,
ਤੇ ਜਾ ਕੇ ਉਹ ਸ਼ਮਸ਼ਾਨ ਘਾਟ 'ਚ ਬੈਠ ਗਏ। ਲੋਕਾਂ ਨੇ ਕੀ ਕਿਹਾ? ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਭਇਆ ਦੀਵਾਨਾ ਕਾ ਭਇਆ ਦੀਵਾਨਾ ਸ਼ਾਕਾ ਨਾਨਕ ਬੋਲ ਮੈਂ ਹਰ ਬਿਨ ਔਰ ਨਾ ਜਾਣਾ। ਉਸ ਪਰਮਾਤਮਾ ਤੋਂ ਬਗੈਰ ਉਸ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਕਿਸੇ ਨੂੰ ਨਹੀਂ ਸਮਝਿਆ। ਅਤੇ ਸਾਨੂੰ ਟੁੱਟੇ ਹੋਇਆਂ ਨੂੰ, ਸਾਨੂੰ ਰੋਗੀਆਂ ਨੂੰ, ਸਾਨੂੰ ਕੋੜੀਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਗਲ ਨਾਲ ਲਾਇਆ, ਗਲ ਨਾਲ ਲਾ ਕੇ ਤੇ ਸਾਨੂੰ ਜਿਹੜਾ ਆਪਾਂ ਗੁਰਪੁਰਬ ਮਨਾ ਰਿਹਾ ਧੰਨ ਗੁਰੂ ਗ੍ਰੰਥ ਸਾਹਿਬ ਦਾ, ਅੱਜ ਆਪਾਂ ਇੱਕ ਸਿੱਖਿਆ ਲੈ ਕੇ ਜਾਣੀ ਹੈ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਅਸੀਂ ਸਾਰਾ ਕੁਝ ਤੁਹਾਡੇ ਕੋਲ ਮੰਗਦੇ ਔਰ ਤੁਸੀਂ ਸਾਨੂੰ ਸਾਰਾ ਕੁਝ ਦੇ ਰਹੇ, ਇਸ ਦੇ ਵਿੱਚ ਕੋਈ ਇਹ ਨਹੀਂ। ਪਰ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਤੁਹਾਡੇ ਤੋਂ ਬਿਨਾਂ ਕਿਤੇ ਨਹੀਂ ਜਾਣਾ। ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਕਾਹੂ ਕੋ ਭਰੋਸੋ ਜ਼ੋਰ ਚੱਕਰੀ ਜਾ ਆਸ ਪੈ, ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮਿਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ, ਕਾਹੂ ਕੋ ਭਰੋਸੋ ਦੇ ਬਾਨੀ ਅਰੇ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਦ ਪੈ, ਕਾਹੂ ਕੋ ਭਰੋਸੋ ਚਾਰ ਚੱਕਰੀ ਚਲਾਕੀ ਚੋਗ, ਮੋਕੋ ਤੋਂ ਭਰੋਸੋ ਏਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੈ। ਬਸ ਜੋ ਆਪਾਂ ਨਿਸ਼ਾਨਾ ਹੈ ਸਾਡਾ ਗੁਰਪੁਰਬ ਮਨਾਉਣ ਦਾ, ਅੱਜ ਇੱਥੋਂ ਲੈ ਜਾਈਏ ਤੇ ਸਾਡਾ ਗੁਰਪੁਰਬ ਮਨਾਇਆ ਵੀ ਸਫਲ ਹੈ। ਤੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਹੈ, ਜੇ ਅਸੀਂ ਉਸ ਹੁਕਮ ਤੇ ਚੱਲਾਂਗੇ ਤਾਂ ਸਾਡਾ ਇਹ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ, ਵਿਚਾਰਾਂ ਕਰਦਿਆਂ ਅਨੇਕ ਤਰ੍ਹਾਂ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।